ਅਸਲਾਮ ਅਲੈਕਮ। ਅੱਜ ਮੈਂ ਬਣਾ ਲਈ ਸਾਂ ਆਲੂ ਗੋਸ਼ਤ, ਕਿ ਜਲਦੀ ਨਾਲ ਜਿਹੜਾ ਸ਼ੋਰਬਾ ਸਾਂ ਬਣਾਉਣਾ ਹੋਇਆ, ਕਿਸ ਤਰ੍ਹਾਂ ਬਣਾਉਣੀ ਹੋ ਤਾਂ ਮੈਂ ਹੱਥਾਂ ਨਾਲ ਵੀ ਮੈਂ ਫਟਾਫਟ ਸ਼ੇਅਰ ਕਰੀ ਛੱਡਾਂ ਆਪਣੇ ਭੈਣਾਂ ਭਰਾਵਾਂ ਨਾਲ, ਕਿ ਜਲਦੀ ਜਲਦੀ ਕੋਈ ਮਹਿਮਾਨ ਆਈ ਜਾਏ ਜਾਂ ਕੋਈ ਐਮਰਜੈਂਸੀ ਹੋਈ ਜਾਏ, ਜਿਸ ਤਰ੍ਹਾਂ ਮਿੱਕੀ ਅੱਜ ਹੋਈ ਹੈ। ਕਿ ਮਾਸ਼ਾ ਅੱਲਾ ਮਾੜਾ ਭਰਾ ਜਿਹੜਾ ਅਰਸਲਾਨ ਹੈ ਨਾ, ਉਸਨੇ ਘਰ ਬੇਬੀ ਗਰਲ ਹੋਈ ਹੈ, ਤਾਂ ਉਹਨੇ ਹਸਪਤਾਲ ਨੂੰ ਫੋਨ ਕੀਤਾ। ਮੈਂ ਫਟਾਫਟ ਆਖਿਆ ਬਈ ਆਪਣੇ ਘਰਾਂ ਵਾਸਤੇ ਕੋਈ ਆਂਡੀ ਸ਼ਾਂਡੀ ਬਣਾਈ ਕੇ ਰੱਖੀ ਕਿ ਫਟਾਫਟ ਦੌੜਾਂ ਹਸਪਤਾਲ, ਹੈਂ ਜੀ। ਤਾਂ ਚਲੋ ਤੱਕਣੇ ਆ ਅੱਜ ਕੇ ਫਟਾਫਟ ਅਸਾਂ ਕਿਸ ਤਰ੍ਹਾਂ ਬਣਾਉਣੇ ਆ ਆਲੂ ਸ਼ੋਰਾ। ਤਾਂ ਇਹਦਾ ਵੀ ਆਈ ਗਈ ਹੈ ਇਹ ਤੱਕ ਜੀ। ਸਲਾਮ ਕਰੋ, ਸਲਾਮ ਕਰੋ। ਤਾਂ ਅੱਜ ਇਸਕੀ ਸਵੇਰੇ ਵੀ ਨਿੱਛਾਂ ਲੱਗੀਆਂ ਨੇ। ਇਸ ਨਾਲ ਇੱਕ ਮਸਲਾ ਹੈ ਨਾ, ਕਿ ਇਸਕੀ ਕੋਈ ਡਸਟ ਅਲਰਜਿਕ ਹੈ ਜਾਂ ਕਿਹੜੀ ਅਲਰਜਿਕ ਹੈ, ਫਲਾਵਰ ਵਾਲੀ ਆਏ ਤਾਂ ਪਰਫਿਊਮ ਵਾਲੀ, ਜਦੋਂ ਨਹੀਂ ਇਹ ਜੰਮਣ ਹੋਈ ਅਸਾਂ ਪਰਫਿਊਮ ਵੀ ਨਹੀਂ ਲਾਈ, ਤਾਂ ਫੁੱਲਾਂ ਕੋਲੋਂ ਥੋੜ ਫੁੱਲ ਵੀ ਮੈਂ ਇੱਥੇ ਕਿਚਨੇ 'ਚ ਹੀ ਰੱਖਦੀਆਂ ਹੋਣੀਆਂ, ਉਹ ਮੈਂ ਬਾਹਰ ਰੱਖੀ ਆਈਆਂ, ਫੁੱਲ ਬਾਹਰ ਰੱਖੀ ਆਈਆਂ। ਸੁਬਾਹ ਉੱਠੀ ਨਾ ਆਣੀਆਂ ਨਿੱਛਾਂ ਲੱਗੀਆਂ ਨਾ ਮੈਂ ਨਾਨੋ ਮੰਮਾ, ਤਾਂ ਮੈਂ ਚਾਹੀ ਤਾਂ ਗਾਰਡਨ 'ਚ ਰੱਖੀ ਆਈਆਂ। ਮੈਂ ਕਿਹਾ ਮੈਂ ਇੰਨਾ ਕਿ ਉੱਥੇ ਰੱਖੀ ਇਛਣੀਆਂ। ਹੋਰ ਆਈ ਜੀ, ਤਾਂ ਆਪਣੇ ਉਹ ਤਾਂ ਕਿਆ ਸਮ ਕਾਮਟ ਜਿਹੜੇ ਬੰਦਿਆਂ ਕੀਤੇ ਸਨ, ਤਾਂ ਕਿਆ ਆਣੀ ਉਸਨੇ ਬਾਰੇ 'ਚ। ਪਿਆਜ਼ ਹੋਈ ਜਾ ਬਰਾਉਨ, ਤਾਂ ਫਟਾਫਟ ਅਸਾਂ ਬਣਾਉਣੇ ਆ ਆਲੂ ਗੋਸ਼ਤ। ਇੱਧਰ ਰੱਖਣੇ ਆ ਪਾਣੀ ਚਾਵਲਾਂ ਨਾਲ। ਮੈਂ ਤੁਸੀਂ ਕਿਤਨੀ ਵਾਰੀ ਦੱਸਿਆ ਨਾ ਬਈ ਮੈਂ ਜਿਹੜਾ ਨਾ ਵਾਈ ਜਿਹਾ ਬੰਦਾ ਵਾ, ਮਾੜੀ ਕੋਈ ਤਾਲਮੇਲ ਨਹੀਂ ਆ, ਕਿ ਇਹ ਉਸਨੇ ਨਾ ਲੈ ਇਹ ਉਸਨੇ ਨਾ ਜਾਣਾ। ਮੈਂ ਕੁੱਕਰਾਂ ਵਿੱਚ ਵੀ ਚਾਵਲ ਉਬਾਲੀ ਲੈਣੀ ਆ, ਇਸ ਵਾਸਤੇ ਜਿਹੜੇ ਮੈਂ ਦੋ ਤਰ੍ਹਾਂ ਬਰਤਨ ਬਾਹਰ ਰੱਖੇ ਹੋਣੇ ਨਾ ਐਵਰੀ ਡੇ ਯੂਜ਼ ਵਾਸਤੇ, ਤਾਂ ਮੈਂ ਉਹਨਾਂ ਸਹੀ ਤਰ੍ਹਾਂ ਯੂਜ਼ ਕਰਨੀ ਆ। ਹੁਣ ਮੈਂ ਕੁੱਕਰ ਹੀ ਰੱਖੀ ਲੈ, ਇਸ ਚਾਵਲ ਉਬਾਲਣੀ ਆ ਜੀ। ਤਾਂ ਚਲੋ ਤੁਸੀਂ ਫਿਰ ਦੱਸਣੇ ਆ ਹੋਈ ਰਿਹਾ, ਹੁਣ ਉਹਨੀਆਂ ਨੋਈ ਜੇ ਅਸਾਂ ਸਹੀ ਤਰ੍ਹਾਂ ਬਰੋ ਫਟਾਫਟ ਐਸਾ ਬਣਾਈ ਆਲੂ ਗੋਸ਼ਤ, ਬੜਾ ਸਾਰਾ ਦੇਗਚਾ ਭਰੀ ਕੇ ਰੱਖੀ ਛੋੜੋ। ਫਿਰ ਜਿਹੜਾ ਕੋਈ ਅੱਛਾ ਜਾਏ ਆਪਣੀ ਫੈਮਿਲੀ ਕੀ ਵੀ, ਜੇ ਤੁਸੀਂ ਕਿਸੇ ਨਾਲ ਪਤਾ ਛਤਾ ਕਰਨ ਜਾਣਾ, ਕਿਸੇ ਭੈਣ ਭਰਾ ਉਹਨਾਂ ਕੋਈ ਬਿਮਾਰ ਹੈ ਜਾਂ ਕੁਝ ਹੈ, ਤਾਂ ਤੁਸੀਂ ਉੱਥੇ ਜ਼ਾਹਿਰ ਹੁਣ ਦਿਹਾੜੀ ਬਹਿਸੋ ਜਾਂ ਰਾਤੀ ਜਾਸੋ ਤਾਂ ਰਾਤੀ ਰਹਿਸੋ। ਤਾਂ ਇਸ ਵਾਸਤੇ ਘਰ ਫਿਰ ਆਂਡੀ ਸ਼ਾਂਡੀ ਬਣੀ ਹੋਇਆ, ਫਿਰ ਕੋਈ ਫਿਕਰ ਨਹੀਂ ਆਪੇ। ਫਿਰ ਬੱਚੇ ਅਬਲ ਤਾਂ ਇਤਨਾ ਖਾਣੇ ਨਹੀਂ, ਜੇ ਕਿਸੇ ਖਾਣਾ ਹੋਇਆ ਨਾ ਉਸੇ ਦਿਨ ਖਾਸਣ ਆਸਣ। ਅੱਜ ਆਂਡੀ ਨਹੀਂ ਬਣੀ ਵੀ, ਅੱਜ ਕੁਝ ਵੀ ਨਹੀਂ ਬਣੇ ਆ, ਅੰਮਾ ਕੁਦਰ ਗਾਇਬ ਹੋਈ ਹੈ। ਚਾਵਲ ਉਬਾਲਣ ਵਾਸਤੇ ਨਮਕ, ਕੋਈ ਅਸਾਂ ਨੇ ਇੱਕ ਕਿਲੋ ਚਾਵਲ, ਇੱਕ ਬੜੀ ਚਮਚ ਦਾ ਜ਼ਰਾ ਕੱਪੜ ਪਾ ਛੱਡਿਆ, ਇਸ ਕੀ ਕਰੋ ਬੰਦ। ਪਿਆਜ਼ ਅਸਾਂ ਨੇ ਸਹੀ ਤਰ੍ਹਾਂ ਹੋਈ ਗਏ ਬਰਾਉਨ, ਹੁਣ ਇਸਨੇ ਤਾਂ ਜ਼ਿਆਦਾ ਸਾਰਾ ਆਪਣਾ ਥੋਮ ਅਤੇ ਅਦਰਕ ਉਹ ਸ਼ਾਮਿਲ ਕਰਨਾ। ਮੈਂ ਥੋੜ੍ਹਾ ਜ਼ਿਆਦਾ ਬਾਣੀ ਹੋਣੀ ਆ, ਜੇ ਤੁਸੀਂ ਕਿੰਨੀ ਪਸੰਦ ਤੁਸੀਂ ਆਪਣੇ ਹਿਸਾਬ ਨਾਲ ਪਾਇਆ,
ਵੀ ਜਿਹੜਾ ਨਾ ਨਾਈਸ ਲੱਗਣਾ ਹੋਇਆ ਵੀ ਬੱਚੇ ਕੁਛ ਖਾਣੇ ਪੀਣੇ ਨਹੀਂ। ਚਲੋ ਥੋੜ੍ਹਾ ਇੰਨਾ ਪਤਲਾ ਜਿਹਾ ਸੀ ਨਾ, ਸ਼ੋਰਬਾ ਜਾਂ ਸਮਝੋ ਸੂਪ ਜਿਹੀ ਬਣੀ ਗਿਆ ਸੀ। ਅਤੇ ਹੁਣ ਇਸਨੇ ਜਿਹੜਾ ਨਾ ਇਹ ਬਰਾਊਨ ਹੋ ਗਿਆ। ਹੁਣ ਬਾਣੀਆਂ ਨੇ ਅਸਾਂ ਜੀ ਮਿਰਚਾਂ ਆਪਣੀਆਂ ਜਿਹੜੀਆਂ ਰੈਗੂਲਰ ਹਨ ਉਹ, ਅਤੇ ਇਹ ਹਲਦੀ, ਅਸਾਂ ਹਲਦੀ ਆਪਣੀ ਪੀਠੀ ਵੀ ਆ ਤੁਸਾਂ ਜਿਹੜਾ ਆਪਣੇ ਹਿਸਾਬ ਨਾਲ ਲਵਾਇਆ। ਮੈਂ ਹਾਫ ਟੀ ਸਪੂਨ ਪਾਈ ਹੈ ਕਿਉਂਕਿ ਇਹ ਸਟਰੋਂਗ ਹੋਣੀ ਜਿਹੜੀ ਘਰ ਆਪੇ ਤੁਸਾਂ ਬਣਾਈ ਹੋਵੇ। ਅਤੇ ਕਾਲੀਆਂ ਮਿਰਚਾਂ ਥੋੜ੍ਹੀਆਂ ਜਿਹੀਆਂ ਮੋਟੀਆਂ, ਇਲਾਚੀਆਂ, ਦਲਚੀਨੀ ਨਾ ਪੂਰਾ ਡੰਡਾ, ਅਤੇ ਇਹ ਕਲਵੰਜੀ, ਲੌਂਗ ਕੋਈ 10 ਹੀ ਕੋਸਨ, ਅਤੇ ਇਹ ਗਰਮ ਮਸਾਲਾ ਸਨ। ਇਹ ਸਾਰੇ ਹੁਣ ਇਸਨੇ ਸ਼ਾਮਿਲ ਕਰਸਾਂ। ਅਤੇ ਨਾਲ ਹੀ ਟਮਾਟਰ, 3 ਟਮਾਟਰ ਮੈਂ ਬਾਣੀ ਹੋਣੀ ਹੈ ਜੀ, 3 ਟਮਾਟਰ ਬਾਏ। ਮਿਰਚਾਂ ਥੋੜੀਆਂ ਘੱਟ ਪਾਈਆਂ, ਤੇ ਸਬਜ਼ ਮਿਰਚਾਂ 2-3 ਬਾਸਾਂ, ਉਹ ਨਾਈਸ ਹੋਣੀਆਂ ਸੂਈਆਂ ਕੋਲੋਂ ਵੀ, ਉਹ ਜ਼ਿਆਦਾ ਬੈਸਟ ਹੋਣੀਆਂ ਕਿ ਉਹ ਤੁਸੀਂ ਖਾਓ ਜ਼ਿਆਦਾ। ਦਸ ਮਿੰਟ ਜਿਹੜਾ ਨਾ ਕੁੱਕਰਾਂ 'ਚ ਗਾ ਲਿਆ, ਲੈਮ ਹੈ ਇਹ, ਤਾਂ ਉਹਨੇ ਜ਼ਰਾ ਜਲਦੀ ਸੀ ਨਾ ਇਸ ਵਾਸਤੇ ਜ਼ਰਾ ਉਸ ਟਾਈਮ 'ਚ ਗਾ ਲਿਆ। ਜੇ ਜਲਦੀ ਨਾ ਨਾ ਵੈ ਤਾਂ ਤੁਸੀਂ ਆਰਾਮ ਨਾਲ ਲੈ ਜਿਸ ਤੜਕਾ ਛੜਕਾ ਬਣੀ ਜਾਏ ਨਾ, ਇਸਨੇ ਬਾਈ ਭੁੰਨੀ ਤਾਂ ਇੱਥੇ ਹੀ ਪਾਣੀ ਛਾਣੀ ਬਾਈ, ਤਾਂ ਸੋਹਣਾ ਫਿਰ ਸੂਪ ਸੂਪ ਵੀ ਨਿਕਲਣਾ, ਸੂਪੀ ਜਿਹਾ ਬੜਾ ਨਾਈਸ ਬਣਨਾ। ਤਾਂ ਇਹ ਵੀ ਨਾਈਸ ਬਣ ਸੀ, ਪਰ ਇਹ ਜ਼ਰਾ ਐਮਰਜੈਂਸੀ ਸੂਰਤ ਹੀ ਤੇ। ਚਾਵਲ ਇਸਨੇ ਸ਼ਾਮਿਲ ਕੀਤੇ ਸਾਰੇ, ਇਸਨੇ ਚਮਚਾ ਮਾਰੀ, ਤਾਂ ਫਿਰ ਇਸ ਥੋੜ੍ਹਾ ਟੱਕਰ ਲੱਗੀ ਛੋੜੋ। ਕੁੱਕਰਾਂ 'ਚ ਮੈਂ ਗਾਲ ਲਿਆ ਸੀ ਨਾ, ਅਗਰ ਕੁੱਕਰਾਂ 'ਚ ਨਾ ਨਾ ਗਾਲੋ ਤਾਂ ਫਿਰ 45 ਮਿੰਟ ਜਾਂ ਤੁਸੀਂ ਆਪਣੇ ਹਿਸਾਬਾਂ ਨੇ ਜਿਸ ਤਰ੍ਹਾਂ ਤੁਸਾਂ ਨਾਲ ਗੋਸ਼ਤ ਗਲਣਾ ਵਾ। ਲੈਮ ਸੀ ਇਸ ਵਾਸਤੇ ਜਲਦੀ ਹੋ ਜਾਣਾ, ਇਸ ਤਰ੍ਹਾਂ ਮਸਾਲਾ ਬਣਾਈ ਤਾਂ ਤੁਸੀਂ ਲੈਮ ਵਿੱਚ ਬਾਈ, ਤਾਂ ਫਿਰ ਉਸ ਕਿੰਨੇ ਗਲਨੇ ਨਾ, ਵੇਟ ਕਰੋ ਗਲੀ ਜਾਏ ਪਾਣੀ, ਗਲਾਸ 1.5 ਗਲਾਸ ਬਾਈ ਛੋੜੋ, ਤਾਂ ਕੁਝ ਆਪਣਾ ਵੀ ਗੋਸ਼ਤ ਪਾਣੀ ਛੋੜਨਾ ਉਸਨੇ ਵਿੱਚ ਹੀ ਹੋਈ ਜਾਸੀ। ਤਾਂ ਉਸ ਤੋਂ ਬਾਅਦ ਜਿਲ੍ਹਾ ਬਸ ਮੈਂ ਥੋੜ੍ਹਾ ਜਿਹਾ ਇਸ ਕੀ ਕੋਈ 5-10 ਮਿੰਟ ਚੰਗਾ ਜਿਹਾ ਭੁੰਨਿਆ ਇੱਥੇ ਹਾਲੀ, ਤਾਂ ਹੁਣ ਮੈਂ ਥੋੜ੍ਹੀ ਦੇਰ ਜਿਹੀਆਂ 1-2 ਮਿੰਟ ਹੋਰ ਭੁੰਨਸਾਂ, ਤਾਂ ਫਿਰ ਪਾਣੀ ਪਾਣੀ ਤੁਸੀਂ ਦੱਸਣੀਆਂ ਨਾਲ ਗੋਸ਼ਤ ਅਸਾਂ ਨਾ ਐਕੋ ਸਹੀ ਤਰ੍ਹਾਂ ਗੱਲੇ ਆ, ਚਮਚੇ ਨਾਲ ਟੁੱਟੀ ਜਾਣਾ। ਆਲੂ ਹੁਣ ਇਸਨੇ ਸ਼ਾਮਿਲ ਕਰਸਾਂ,
ਆਲੂ ਜਿਹੜਾ ਨਾ ਮੈਂ ਦੋ ਤਰ੍ਹਾਂ ਮਿੰਟ ਜਿਹੜਾ ਨਾ ਉਹ ਗੱਲਾ ਖਰਾਬ ਹੋ ਗਿਆ ਤੇ ਦੋ ਤਰ੍ਹਾਂ ਮਿੰਟ ਜਿਹੜਾ ਨਾ ਇਸ ਤਰੀਕੇ ਭੁੰਨੀ ਹੋਣੀ ਹੈ ਇਸ ਨਾਲ ਕਿਉਂਕਿ ਇਹ ਪਾਣੀਆਂ 'ਚ ਬਾਈ ਤਾਂ ਮੇਰੇ ਖੇਸ ਸਨ ਕਿ ਕਾਲੇ ਨਾ ਹੋਈ ਜਾਣ ਕਈ ਵਾਰੀ ਕੱਪੀ ਟੁੱਕੀ ਸਾਰਾ ਕੁਝ ਕੋਲ ਰੱਖੀ ਲਓ ਤਾਂ ਫਿਰ ਬੜੀ ਜਿਹੜਾ ਨਾ ਈਜ਼ੀ ਹੋ ਜਾਣੀ ਹੈ ਇਸ ਤਰ੍ਹਾਂ ਤੁਸੀਂ ਇਸਕੀ ਥੋੜ੍ਹਾ ਜਿਹਾ ਭੁੰਨੀ ਲਓ ਤਾਂ ਫਿਰ ਆਲੂ ਟੁੱਟਣੇ ਨਹੀਂ ਫਿਰ ਗੋਸ਼ਤਾਂ 'ਚ ਨਹੀਂ ਇਸ ਤਰ੍ਹਾਂ ਮਿਕਸ ਹੋਈ ਜਾਣੇ ਤਾਂ ਗਲੀ ਜਾਣੇ ਤਾਂ ਟੁੱਟੀ ਜਾਣੇ ਬਿਲਕੁਲ ਸ਼ੋਰਬਾ ਜਿਹੜਾ ਨਾ ਉਹ ਹਲਵਾ ਬਣੀ ਜਾਏ ਉਸ ਤਰ੍ਹਾਂ ਨਹੀਂ ਇਹ ਜ਼ਰਾ ਇੱਕ ਤੁਸੀਂ ਇਸਕੀ ਦੋ ਤਿੰਨ ਮਿੰਟ ਭੁੰਨੀ ਲਓ ਨਾਲ ਹੁਣ ਜਿਹੜਾ ਪਹਿਲੇ ਅਸਾਂ ਕੋਲ ਸੂਪ ਸੀ ਨਾ ਅਸਾਂ ਉਹ ਇਸਨੇ ਸ਼ਾਮਿਲ ਕਰਸਾਂ ਕਿ ਮੈਂ ਥੋੜ੍ਹਾ ਪਾਣੀ ਜ਼ਿਆਦਾ ਪਾਇਆ ਸੀ ਵੀ ਸੂਪ ਜਿਹਾ ਬਣਿਆ ਨਾ ਤਾਂ ਫਿਰ ਉਸਦਾ ਟੇਸਟ ਨਾਈਸ ਹੋਣਾ ਹੋਏ ਜੇ ਬਿਲਕੁਲ ਉਤਨਾ ਹੀ ਪਾਣੀ ਬਹੁਤ ਉਤਨਾ ਹੀ ਡਰਾਈ ਹੋਈ ਜਾਏ ਤਾਂ ਫਿਰ ਉਹ ਮੀਤ ਨਾ ਆਈਆਂ ਟੇਸਟੀ ਨਹੀਂ ਲੱਗਣਾ ਜੇ ਇਸ ਤਰ੍ਹਾਂ ਤੁਸੀਂ ਥੋੜ੍ਹਾ ਆਈਆਂ ਸ਼ੋਰਬੇ ਵਾਲਾ ਬਣਾਉਣਾ ਨਾ ਤੁਸੀਂ ਆਈਆਂ ਥੋੜ੍ਹਾ ਪਾਣੀ ਨਾ ਜ਼ਿਆਦਾ ਪਾਓ ਉਸਨੇ ਥੋੜ੍ਹਾ ਜਿਹਾ ਪਾਣੀ ਹੋਰ ਸ਼ਾਮਿਲ ਕਰਸਾਂ ਕੈਟਲ ਵਾਲਾ ਕਿ ਠੰਡਾ ਪਾਣੀ ਬਹੁ ਨਾ ਉਹ ਬੜਾ ਫਿਰ ਇਸ ਨਾਲ ਕੰਮ ਖਰਾਬ ਕਰਨਾ ਹੁਣ ਅਸਾਂ ਇਸਨੇ ਪਰ ਢੱਕਣ ਰੱਖੀ ਛੱਡ ਸਾਂ ਵੇਟ ਕਰਸਾਂ ਕਿ ਆਲੂ ਅਸਾਂ ਨੇ ਗਲੀ ਜਾਣ ਅੱਛੀ ਤਰ੍ਹਾਂ ਅੱਛਾ ਜੀ ਹੁਣ ਇਸਨੇ ਪਰ ਢੱਕਣ ਰੱਖਣੇ ਆ ਤਾਂ ਪੰਜ ਦਸ ਮਿੰਟ ਵੇਟ ਕਰਸਾਂ ਕਿ ਇਹ ਹੋਈ ਜਾਏ ਤਾਂ ਫਿਰ ਸਹੀ ਦੱਸਣੇ ਆ ਕਿ ਅੱਗੇ ਇਸ ਨਾਲ ਕਹਿ ਕਰਸਾਂ ਤਾਂ ਚਾਵਲ ਮੈਂ ਇੱਧਰ ਕੀਤੇ ਸਨ ਕਿ ਚੁੱਲ੍ਹਾ ਜਿਹੜਾ ਨਾ ਉਹ ਸਲੋ ਹੈ ਤਾਂ ਚਾਵਲ ਖਰਾਬ ਹੋਈ ਜਾਣਾ ਤਾਂ ਫਿਰ ਮੈਂ ਤੇਜ਼ ਅੱਗ ਪਰ ਕੀਤੇ ਕਿਉਂਕਿ ਉਹ ਤਾਂ ਰੱਡੀ ਗੱਲੇ ਆ ਵਾ ਇੱਕ ਦੋ ਬਾਲੀ ਨਹੀਂ ਮਾਰ ਹੈ ਉਹ ਰੱਡੀ ਹੋ ਜਾਂਦਾ ਇੱਕ ਦੋ ਬਾਲੀਆਂ ਨਹੀਂ ਮਾਰ ਖਤਮ ਹੋਈ ਜਾਂਦੀ ਹੈ ਜੀ ਚੁੱਲ੍ਹਾ ਹੁਣ ਬੰਦ ਕਰੀ ਛੱਡਿਆ ਜ਼ਰਾ ਕਿਸਨੇ ਪਰ ਬਾਸਾਂ ਜ਼ਰਾ ਰੱਖਣੀ ਜ਼ਿਆਦਾ ਸਰੀਆਂ ਧਨੀਆਂ ਬਾਸਾਂ ਅਦਰਕ ਬਾਸਾਂ ਜ਼ਰਾ ਇੱਕ ਗਰਮ ਮਸਾਲਾ ਬਾਸਾਂ ਇਸਨੇ ਪਰ ਥੋੜ੍ਹੀ ਦੇਰ ਢੱਕਣ ਰੱਖਸਾਂ ਆਇਲ ਸ਼ਾਇਲ ਅੱਛਾ ਉੱਪਰ ਤਾਂ ਬੜਾ ਖੁਸ਼ ਸ਼ਕਲ ਬਣਿਆ ਫਿਰ ਸਹੀ ਦੱਸਾਂ ਚਾਵਲ ਹੈ ਰੈਡੀ ਹੋ ਗਏ ਚਾਵਲ ਰੈਡੀ ਹੋ ਗਿਆ ਸੂਪ ਰੈਡੀ ਹੋ ਗਿਆ ਸੂਪ ਮੈਂ ਇਸ ਤਰ੍ਹਾਂ ਬਣਾਉਣੀ ਹੋਣੀ ਹੈ ਮਾੜੀਆਂ ਕੁੜੀਆਂ ਆਣੀਆਂ ਹੋਣੀਆਂ ਨਫਸਾ ਜਾਂ ਅੰਨਮ ਜ਼ਾਰਾ ਜਿਲ੍ਹਾ ਕੁਦਰਾ ਬਿਮਾਰ ਹੋਣ ਤਾਂ ਮੈਂ ਸੂਪ ਬਣਾ ਨਾ ਤਾਂ ਵੀ ਆਣੀਆਂ ਹੋਣੀਆਂ ਨਾ ਵੀ ਬੋਰਿੰਗ ਜਿਹਾ ਨਾ ਬਣਾਇਆ ਕਰ ਵੀ ਸਹੀ ਹੈਗੀਆਂ ਥੋੜ੍ਹਾ ਟੇਸਟ ਟੇਸਟ ਸਹੀ ਵੈਤ ਹੈ ਮੁੱਲੂ ਉਸ ਤਰ੍ਹਾਂ ਨਹੀਂ ਕਿ ਬਸ ਉਹ ਤੱਕੀ ਦਾ ਪਤਾ ਲੱਗਾ ਕਿ ਆਏ ਬਿਮਾਰ ਹੋਏ ਆ ਕੋਈ ਬੰਦਾ ਉਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਾਈਸ ਜਿਸ ਰੋਟੀ ਵੀ ਖਾਈ ਸਕੋ ਚਾਵਲ ਵੀ ਉਹ ਖਾਈ ਲਵਾਂ ਜਿਹੜਾ ਕੋਈ ਥੋੜ੍ਹਾ ਬਹੁਤ ਬਿਮਾਰ ਹੈ ਉਸਨੇ ਵਾਸਤੇ ਹੈ ਜੀ ਇਹ ਜੀ ਸਾਲਨ ਅਸਾਂ ਹੋ ਹੀ ਗਿਆ ਰੈਡੀ ਜੀ ਗਿਆ ਰੈਡੀ ਤਾਂ ਅਸਾਂ ਜੁਲਨੇ ਹੁਣ ਹਸਪਤਾਲ ਉਹਨਾਂ ਕੀ ਕੋਈ ਖਾਣਾ ਦਿਆਂ ਤਾਂ ਫਿਰ ਇਨਸ਼ਾਅੱਲਾ ਬੇਬੀ ਤੁਸਾਂ ਨਾਲ ਸ਼ੇਅਰ ਕਰ ਸਕਦਾ ਕਿ ਪਹਿਲੇ ਮੈਂ ਦੱਸਿਆ ਨਾ ਅਰਸਲਾਨ ਨਹੀਂ ਆ ਮਾਸ਼ਾਅੱਲਾ ਦੋ ਬੇਟੀਆਂ ਪਹਿਲੇ ਅੱਜ ਵੀ ਅੱਲਾ ਦੀ ਰਹਿਮਤ ਇੱਕ ਹੋਰ ਪੈਦਾ ਹੋਈ ਹੈ ਮਾੜੀ ਜਿਹੀ ਭਾਬੀ ਹੈ ਉਸ ਨਾਲ ਆਪਰੇਸ਼ਨ ਹੋਇਆ ਸਾਰੇ ਦੁਆ ਕਰੋ ਕਿ ਹੈ ਹਰੀਅਤ ਨਾਲ ਉਹ ਘਰ ਜਾਏ